ਨਹੀਂ ਬੋਲੀ ਆਪਣੀ अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਤੁਹਾਡੀ ਆਪਣੀ ਸ਼ੈਲੀ ਦਿੱਤਾ ਵੱਲੋਂ ਇੱਕ ਵਾਰ ਫਿਰ ਨਿੱਘਾ ਜੀ ਆਇਆਂ ਨੂੰ ਵੈਲਕਮ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੋ ਸਾਰੇ ਸੋਚ ਰਹੇ ਹੋਣੇ ਵੀ ਹੁਣੇ ਤਾਂ ਲਾਈਵ ਕੀਤਾ ਹੈਗਾ ਆਪਣਾ ਬਾਜ਼ਾਰ ਦੀ ਗ੍ਰੈਂਡ ਓਪਨਿੰਗ ਵਿਖਾਈ ਹੈ ਉਸ ਤੋਂ ਬਾਅਦ ਪਤਾ ਨਹੀਂ ਪ੍ਰੋਗਰਾਮ ਹੋਏਗਾ ਕਿ ਨਹੀਂ ਹੋਏਗਾ ਬਈ ਪਿਆਰੇ ਦਰਸ਼ਕੋ ਨਿਊਯਾਰਕ ਤੱਕ ਪਹੁੰਚਣਾ ਸਟੂਡੀਓ ਵਿੱਚ ਤੇ ਬਹੁਤ ਮੁਸ਼ਕਿਲ ਸੀਗਾ ਕਿਉਂਕਿ ਟ੍ਰੈਫਿਕ ਕਾਫੀ ਜ਼ਿਆਦਾ ਸੀ ਔਰ ਫਿਰ ਸ਼ੋਅ ਵੀ ਕੈਂਸਲ ਕਰਨਾ ਪੈ ਸਕਦਾ ਸੀਗਾ ਪਰ ਕੀ ਹੈ ਨਾ ਤੁਹਾਡੇ ਸਾਰਿਆਂ ਨੂੰ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈਗਾ ਕੁਝ ਜ਼ਿਆਦਾ ਹੀ ਮਿਲ ਰਿਹਾ ਔਰ ਉਸ ਪਿਆਰ ਦੇ ਵਿੱਚ ਜੋ ਦੁਆਵਾਂ ਹੈਗੀਆਂ ਜੋ ਅਸੀਸਾਂ ਹੈਗੀਆਂ ਉਹ ਪਹੁੰਚਾ ਦਿੰਦੀਆਂ ਨੇ ਹਰ ਰੋਜ਼ ਮੇਰੇ ਖਿਆਲ ਤੋਂ ਹੁਣ ਸੈਟਰਡੇ ਰਹਿ ਗਿਆ ਸ਼ਨੀਵਾਰ ਰਹਿ ਗਿਆ ਉਹ ਵੀ ਮੇਰੇ ਖਿਆਲ ਤੋਂ ਤੁਹਾਡੇ ਸਾਰਿਆਂ ਦੇ ਨਾਲ ਜੁੜਨ ਦਾ ਜਿਹੜਾ ਮੌਕਾ ਹੈ ਨਹੀਂ ਗਵਾਉਣਾ ਉਹ ਵੀ ਕੋਸ਼ਿਸ਼ ਕਰਾਂਗੇ ਕਿ ਬੜੀ ਜਲਦੀ ਸ਼ਨੀਵਾਰ ਨੂੰ ਵੀ ਤੁਹਾਡੇ ਸਾਰਿਆਂ ਦੇ ਘਰ ਤੱਕ ਟੀਵੀ ਚੈਨਲ ਦੇ ਜ਼ਰੀਏ ਗੈਟ ਪੰਜਾਬੀ ਦੇ ਜ਼ਰੀਏ ਪਹੁੰਚ ਸਕੀਏ ਪਰ ਕੋਈ ਗੱਲ ਨਹੀਂ ਜੀ ਨੈਵਰ ਮਾਈਂਡ ਲਾਈਵ ਪ੍ਰੋਗਰਾਮ ਹੁਣ ਇਸ ਵੇਲੇ ਅਸੀਂ ਆਪਣੇ ਬਹੁਤ ਖਾਸ ਸਾਡੇ ਵਿਊਵਰ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ ਜੀ ਅਸੀਂ ਤੁਹਾਨੂੰ ਵੇਖਣਾ ਚਾਹੁੰਦੇ ਹਾਂ ਟੀਵੀ 'ਤੇ ਅਤੇ ਤੁਸੀਂ ਇੱਦਾਂ ਕਰੋ ਕਿ ਤੁਸੀਂ ਸਾਡੇ ਘਰ ਆਓ ਅਤੇ ਉੱਥੋਂ ਤੁਸੀਂ ਲਾਈਵ ਪ੍ਰੋਗਰਾਮ ਕਰੋ ਹੁਣ ਗੱਲਾਂ ਬਾਤਾਂ ਕਰਦੇ ਕਰਦੇ ਚਾਹ ਕਾਫੀ ਪੀਂਦੇ ਪੀਂਦੇ ਜੀ ਤੁਹਾਡੇ ਸਾਰਿਆਂ ਦੀ ਜਿਹੜੀਆਂ ਗੱਲਾਂ ਸੁਣਾਂਗੇ ਤੁਸੀਂ ਵੀ ਆ ਜਾਓ ਆਪਣੇ ਟੀਵੀ ਚੈਨਲ ਦੇ ਟੀਵੀ ਦੇ ਅੱਗੇ ਗੈਟ ਪੰਜਾਬੀ ਤੁਸੀਂ ਲਾ ਲਿੱਤਾ ਅੱਜ ਦਾ ਵਿਸ਼ੇ ਸੋਚ ਰਹੇ ਹੋਗੇ ਮੈਂ ਕੱਲ੍ਹ ਇਸ ਕਰਕੇ ਨਹੀਂ ਅਨਾਊਂਸ ਕੀਤਾ ਵਿਸ਼ੇ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਕੱਲ੍ਹ ਪਤਾ ਨਹੀਂ ਪਹਿਲੇ ਤੋਂ ਅਨਾਊਂਸ ਕਰਦੇ ਹਾਂ ਫਿਰ ਤੁਸੀਂ ਸਾਰੇ ਉਸ ਬਾਰੇ ਸੋਚੋਗੇ ਅਤੇ ਅੱਜ ਮੌਕਾ ਵੇਖ ਕੇ ਕੋਈ ਨਾ ਕੋਈ ਜਿਹੜਾ ਢੁੱਕਦਾ ਹੋਇਆ ਟੌਪਿਕ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਫੋਨ ਤੁਸੀਂ ਮੈਨੂੰ ਕਰ ਸਕਦੇ ਹੋ ਪਰ ਵਿਸ਼ੇ ਅੱਜ ਦਾ ਜੋ ਹੈਗਾ ਉਹ ਹੈ ਕਿ ਮੈਂ ਜਦੋਂ ਅਸੀਂ ਨਿਊ ਜਰਸੀ ਤੋਂ ਪੈਨਸਲਵੇਨੀਆ ਤੋਂ ਜਦੋਂ ਅਸੀਂ ਆਪਣੇ ਵਿਊਅਰ ਦੇ ਘਰ ਆ ਰਹੇ ਸੀਗੇ ਅਤੇ ਉਦੋਂ ਮੈਂ ਸੋਚ ਰਹੀ ਸੀ ਰਸਤਿਆਂ ਨੂੰ ਦੇਖ ਕੇ ਔਰ ਸੁਭਾਸ਼ ਜੀ ਮੇਰੇ ਨਾਲ ਸੀਗੇ ਕੈਮਰੇ 'ਤੇ ਅਤੇ ਮੈਂ ਗੱਲ ਕਰ ਰਹੀ ਸੀ ਮੈਂ ਕਿਹਾ ਦੇਖੋ ਕਈ ਵਾਰੀ ਨਾ ਆਪਾਂ ਜਦੋਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਬਚਪਨ ਦੀਆਂ ਯਾਦਾਂ ਅਜਿਹੀਆਂ ਹੁੰਦੀਆਂ ਨੇ ਜਿਸ ਦੇ ਨਾਲ ਅਸੀਂ ਭਾਵੇਂ ਅਮਰੀਕਾ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਰਹਿ ਰਹੇ ਹੋਈਏ ਉਹਨਾਂ ਗੱਲਾਂ ਦੇ ਨਾਲ ਜੁੜੇ ਹੁੰਦੇ ਹਾਂ ਕੀ ਤੁਸੀਂ ਸੋਚਦੇ ਹੋ ਜਿਸ ਤਰ੍ਹਾਂ ਕਿ ਵੀ ਇੱਕ ਛੋਟੀ ਜਿਹੀ ਗੱਲ ਹੈਗੀ ਹੈ ਕਾਂ ਦਾ ਬੋਲਣਾ ਮਤਲਬ ਕੋਈ ਮਹਿਮਾਨ ਆ ਰਿਹਾ ਤੁਹਾਡੇ ਘਰ ਦੇ ਵਿੱਚ ਸੋ ਤੁਸੀਂ ਮੈਨੂੰ ਕਾਲ ਕਰਕੇ ਦੱਸੋ ਕਿ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਤੁਸੀਂ ਅੱਜ ਵੀ ਮੰਨਦੇ ਹੈਗੇ ਹੋ ਕਿ ਹਾਂ ਵੀ ਹੁਣ ਮੈਂ ਸੁਭਾਸ਼ ਨਾਲ ਗੱਲ ਕਰ ਰਹੀ ਸੀ ਮੈਂ ਕਿ ਸੁਭਾਸ਼ ਇੱਥੇ ਲੋਕਾਂ ਨੇ ਕਹਿਣਾ ਕਿ ਇੱਥੇ ਕਿਹਦੇ ਕਾਂ ਹੈਗੇ ਇੱਥੇ ਤਾਂ ਪਤਾ ਹੀ ਨਹੀਂ ਚੱਲਦਾ ਅਤੇ ਨਾਲ ਹੀ ਮੈਨੂੰ ਟਰਕੀ ਨਜ਼ਰ ਆ ਗਈ ਸੜਕ 'ਤੇ ਨਾ ਬਰਫ਼ ਜੰਮੀ ਹੋਈ ਹੈ ਦੋਨੋਂ ਪਾਸੇ ਰੋਡ 'ਤੇ ਬਰਫ਼ ਜੰਮੀ ਹੋਈ ਹੈ ਅਤੇ ਨਾਲ ਹੀ ਨਾ ਟਰਕੀਆਂ ਦੀ ਟਰਕੀਆਂ ਉੱਡੀ ਜਾਂਦੀਆਂ ਸੀਗੀਆਂ ਅਤੇ ਉਹ ਮੈਂ ਦੇਖ ਰਹੀ ਸੀ ਚਲੋ ਜੀ ਦੇਖਦੇ ਹਾਂ ਕਿਸ ਦੀ ਕਾਲ ਹੈ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਹਾਂਜੀ ਮੈਂ ਸ਼ੈਰੀ ਦੱਸਾਂ ਨਾਲ ਗੱਲ ਕਰਨੀ ਜੀ ਹਾਂਜੀ ਮੈਂ ਬੋਲ ਰਹੀ ਹਾਂ ਜੀ ਤੁਸੀਂ ਕੌਣ ਬੋਲ ਰਹੇ ਹੋ ਮੈਂ ਇੱਥੋਂ ਟਰਾਂਟੋ ਤੋਂ ਬੋਲ ਰਿਹਾ ਜੀ ਹਾਂਜੀ ਟਰਾਂਟੋ ਤੋਂ ਬੋਲ ਰਹੇ ਤੁਸੀਂ ਤੁਸੀਂ ਟੀਵੀ ਦੀ ਆਵਾਜ਼ ਹੌਲੀ ਕਰ ਦਿਓ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਜੇ ਬੰਦੇ ਦੀ ਕਿਹਦੀ ਜ਼ਿਆਦਾ ਥੋੜੀ ਹੋ ਜਾਂਦੀ ਉਹਨੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਸਵਾਮੀ ਜੀ ਕੀ ਕੀ ਖਾਣਾ ਚਾਹੀਦਾ ਲਾ ਜੀ ਘਰੇਲੂ ਨੁਕਤੇ ਸ਼ਹਿਰੀ ਕਿਤੇ ਤੱਕ ਤੈਨੂੰ ਮਿਲਣਗੇ ਮੈਂ ਪੁੱਛ ਲਾਂਗੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਵਾਲ ਪੁੱਛਣ ਦਾ ਯਾਦਾਸ਼ਤ ਜਿਹਦਾ ਚੇਤਾ ਭੁੱਲ ਜਾਂਦਾ ਛੇਤੀ ਹੈ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਵੈਸੇ ਕਈ ਵਾਰੀ ਔਰਤਾਂ ਹੁੰਦੀਆਂ ਨਾ ਕੋਈ ਚੀਜ਼ ਰੱਖ ਕੇ ਭੁੱਲੀ ਜਾਂਦੀਆਂ ਕਹਿੰਦੀਆਂ ਜੀ ਮੈਂ ਸੰਭਾਲ ਕੇ ਰੱਖ ਦਿੱਤੀ ਹੋਈ ਹੈ ਹੁਣ ਜਦੋਂ ਮਿਲਣੀ ਹੋਏਗੀ ਮਿਲ ਹੀ ਜਾਏਗੀ ਸੋ ਯਾਦਾਸ਼ਤ ਜਿਹੜੀ ਹੈ ਉਹ ਵਾਕਈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਗੱਲ ਚੇਤੇ ਰਹਿਣਾ ਬਹੁਤ ਮੁਸ਼ਕਿਲ ਹੈ ਘਰਾਂ ਦੀਆਂ ਕਿਸ਼ਤਾਂ ਇੰਸ਼ੋਰੈਂਸ ਬਿੱਲ ਬੱਚਿਆਂ ਦੇ ਸਕੂਲ ਦੀ ਡੇਟਸ ਪੇਰੈਂਟ ਟੀਚਰ ਅਪੁਆਇੰਟਮੈਂਟ ਸਾਰਾ ਕੁਛ ਯਾਦ ਰੱਖਣਾ ਅਤੇ ਸਭ ਯਾਦਦਾਸ਼ਤ 'ਤੇ ਹੀ ਡਿਪੈਂਡ ਕਰਦਾ ਹੈਗਾ ਕੋਈ ਨਹੀਂ ਜੀ ਪੁਰਸ਼ੋਤਮ ਅੰਗਲ ਨੂੰ ਜਾਂ ਸਾਡੇ ਵਿਊਵਰਸ ਨੂੰ ਰਿਕੁਐਸਟ ਹੈਗੀ ਹੈ ਕਿ ਕਿਸੇ ਨੂੰ ਵੀ ਪਤਾ ਹੈ ਕਿ ਯਾਦਦਾਸ਼ਤ
किस तरह ताजी रखी जा सकती है, पर कई गल्लां हुंदियां ने जिहड़ियां भुलानियां भी पैंदियां ने। सो कई बार लगता है कि चलो जी जो भुल गए भुल गए। अज मैं जिस विषय ते तुहाडे सारे नाल गल कर रही हां, उह विषय इह हैगा कि इन्हां मुल्कां दे विच रह के भी कदी तुहानूं कोई गल चेते आंदी है जिस नूं तुसीं हुण भी मनदे हो, जिस तरह की रोटी बनती हुई फुलदी है ते कहिंदे आ कि बड़ी भुख लगी हुई है, ठीक है, किसी नूं बहुत ज्यादा भुख लगी है घर दे विच, फिर कहिंदे आ कि आटा जिहड़ा उह डिग गया जां दुध उबल गया ते धरती ने अपने हिस्से दा लै लिता जे घर दे विच मेहमान आने वाले हैगे आ। सो इन्हां सारियां गल्लां नूं जदों ख्याल विच रखदे आ ते अज भी असीं जुड़े हुए हां अपने उस मिट्टी की महक दे नाल जिस दे विच गल्लां समाईयां होईयां ने, और उन्हां गल्लां दे जरिए असीं याद करदे हां अपने मुल्क नूं, अपने वतन नूं, जो कि जिस दे विच जिन्हां ने भी अपना बचपन गुजारिया बई जिहड़े ते बहुत पहले दे आए हुए छोटे छोटे हुंदे आए उन्हां ते कुछ चेते ही नहीं है, पर जदों इन्हां गल्लां नूं याद करदे हां उस दे नाल असीं एक दूजे की होर परवाह करदे हां। जे गल करिए अजकल कंप्यूटर का युग हैगा और उस दे विच बच्चियां नूं अपने मां प्यो दे नाल, बच्चियां नूं अपने जो है कि कहिंदे आ पेरेंट्स दे नाल गल करन दा कोई बहुत ज़्यादा टाइम नहीं मिलता हैगा, पर जदों तुसी इन्हां गल्लां नूं याद करदे हो जदों तुहाडे बुजुर्ग हुंदे आ घर दे विच, ओह कुछ ना कुछ तुहाडे नाल छोटी छोटी जिहड़ियां गल्लां ओह सांझियां करदे रहिंदे आ। सति श्री अकाल जी। सति श्री अकाल जी। हां जी, कौन गल कर रहे हो? मैं परमजीत कर दी हां जी, पोर्टलैंड तो शहरी नाल गल कर रही सी। हां जी, मैं बोल रही हां जी। हां जी परमजीत जी, की हाल है? हां जी, सति श्री अकाल जी। सति श्री अकाल, होर किदां, ठीक ठाक हो? हां ठीक ठाक। हां जी हां जी, शहरी जी ओ गल सच्ची है, शक वाली गल जिहड़ी तुसीं मुद्दा कीता ना। हां जी, ओ गल सच्ची हो जांदी ओ गल पूरी। आप कई बार ये कीता है। अच्छा, केड़ी कां वाली गल? कां वाली भी तो जेड़ी आटा होया रोटी फुलिए हो जांदी, सच्ची गल। ए तुसी मनदे हो ना हो जांदी है? मैं ते मनदी हां, मैनूं पता चल जांदी। अच्छा हां जी हां जी, ओ कई बार मैं मेरा काम है केटरिंग दा, मैं रोटियां बनाउनी आ जिस तरह। अच्छा, कई बार हुंदा पर अज कोई आर्डर नहीं आया। अच्छा, रोटियां पकाई तो आटा वो पुड़क के थले जा पैंदा, फिर ओ सच हो जांदा, मैनूं दो चार आर्डर आ जांदे आ। ओ सच्ची, देख लो देख लो। मैं इस करके चाहुंदी सी कि कोई वहमा भरमा च पाउण दा मतलब नहीं है, पर मन दे विच किते ना किते गल वसी होई है ना, इत्थे आके भी आपां मनदे आ। इस गल्ल आपां इंडिया तों आए, इंडिया च वी इह गल्लां हुंदियां सी, ओह सच हो जांदियां, सच हो जांदियां सीगियां वाकई। बहुत बहुत शुक्रिया परमजीत जी, थैंक यू सो मच, क्योंकि मैं सोचती सी कि शायद कोई मनेगा ही नहीं, किसी नूं इतबार ही नहीं हैगा। लो जी, इस दे नाल ही प्रोग्राम दा पहला ब्रेक, उदों तक तुसीं साडी ब्रेक नूं करो इंजॉय, सी मिलदे आ तुहानूं ब्रेक तों बाद। Opening on 19 December. Street Road Plaza, Shopping Center 2610, Street Road, Bensalem, Pennsylvania 19020. Phone number 2675-235-102 अते 2675-235-268. दीदी, मैं तो भूल ही गई थी, मम्मी ने तेरे लिए असली घी भेजा है और मैंने स्पेशली पैक किया। अच्छा, जल्दी आना। क्या कर रही है? लक्ष्मी, लक्ष्मी। आई आई, पहले अपनी आंखें बंद करो। दीदी, ऐसा घी सिर्फ मम्मी ही बना सकती है, सब लक्ष्मी माँ की कृपा है। लक्ष्मी घी, मेड प्योर, मेड फ्रेश, मेड हियर। ट्रेडिशनल ज्वेलरी ले विजिट करो अंबा।
शोभा ज्वेलर्स 3713 74th Street, जैक्सन हाइट्स, न्यूयॉर्क। फोन 7186392300। ओबामा केयर अनुसार 2014 के शुरू तो अमेरिकन लिए हेल्थ इंश्योरेंस करवाना लाजमी कर दिया गया है। जेकर तुहानू पहला तो ही कोई हेल्थ इशू है तद भी इंश्योरेंस कंपनी वालों इंश्योरेंस देने लिए तुहानू मना नहीं किया जाएगा। पंजाब इंश्योरेंस के सर्टिफाइड एडवाइजर तुहानू सही अते वधिया प्लान लैंच पूरी मदद करेंगे जिसकी कोई फीस नहीं होएगी। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो, ओबामा केयर हेल्थ इंश्योरेंस करवाने लिए पंजाब इंश्योरेंस के नंबर पर हुने कॉल करो। मिराज बैंकेट हॉल एंड रेस्टोरेंट, वेडिंग हो गई या बर्थडे पार्टी, मिराज है परफेक्ट हर सेलिब्रेशन लिए। मिराज इंडियन क्यूजिन विद प्रॉपर सिटिंग फैसिलिटी, विजिटर्स लिए प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey & Associates now. प्रकृति जैसी शुद्धता हमारी पहचान। MTH मसाले, the real spice of India। अरे तुमने मेरे हाथ के पकोड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी, खान भी तो मैं बनाती थी, स्पेशली गांव से देसी बेसन मंगवाकर। क्यों, यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी, किसी भी इंडियन स्टोर में लक्ष्मी बेसन। मेड प्योर, मेड फ्रेश, मेड हियर। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोगाटा। जब हाथों से खिलानी है दो वक्त की रोटी तो वो जरूर हो शक्ति भोग आटे से बनी, अपने देश का नंबर वन आटा। भैया स्टूडियो तो प्रोग्राम नहीं कर रहे हैं, आज अपने व्यूवर्स दे कर तो प्रोग्राम कर रहे हैं। जेकर तुसी सदोंगे तो थोड़े कोल भी जरूर आवांगे, पर कुछ ना कुछ खास बना के रखना पड़ेगा जिहड़ा असीं अपने कैमरे दे विच कैच करके ले जाइए। और स्टूडियो दे विच साडे कोल 3-4 लाइनां हुंदियां ने, पर जदों असीं बाहर प्रोग्राम करदे हां उदों साडे कोल इक लाइन हुंदी है, और जे किसी दी कॉल अटेंड ना हो सके ते माफी चाहने हां। सो लो जी, अपने परिवार दे विच बैठ के जदों गल्लां कीतियां जांदियां ने ते ओह की गल्लां हुंदियां ने भई? आह भैन जी, भई गल जिहड़ी हैगी है ना, रोटी भुल गई तां बच्चियां नूं बहुत भुख लगी हुई सी, तुसीं मंनदे हो इस गल नूं? हैलो हैलो, हाँ जी। अच्छा मैं तो बहुत मानती हाँ, क्योंकि जदों असीं छोटे हुंदे सीगे ते रोटी फुल्लन दा ते मेरी दादी ने हमेशा कहना जे परौंठे भी बनाने ना ते ओह भी फुल जाने, ते फिर कहना कि हाय बड़ी भुख लगी है, ते मैं कहना मम्मी तुहानूं किदां पता चलदा है सानूं भुख लगी है? कहिंदे लै रोटी जो फुल गई है, फिर लै रोटी थोड़ी दसदी हैगी है कि भुख लगी है किसी नूं। पर अज वी जदों कई वारी आपां घरां दे विच होंदे आ उस दे विच मन दे विच गल आंदी वी हाय रोटी ते अमरीका विच आके वी फुलदी है, पर वाकई किसी नूं घर दे विच भुख लगी है पर कोई दसे या ना दसे। जो ये छोटी छोटियां गल्लां ने किते ना किते साडे रिश्तियां नूं आपस दे विच जोड़दियां ने, सानूं ओह रस्मो रिवाज जिहड़े ने जिहड़े बने हुए ने
ਜਿਵੇਂ ਕਿ ਵਿਆਹਾਂ ਤੇ ਕੁੜੀ ਨੇ ਚਾਵਲ ਸੁੱਟਣੇ ਹੈਗੇ ਆ, ਪਿੱਛੇ ਕਿਉਂ ਸੁੱਟੇ ਜਾਂਦੇ ਹੈਗੇ ਆ, ਬੜੀ ਸੋਚਣ ਵਾਲੀ ਗੱਲ ਹੈਗੀ ਆ ਜੀ। ਮੈਨੂੰ ਲੱਗਦਾ ਕਿ ਸ਼ਾਇਦ ਕੁਛ ਮੇਰੇ ਤੋਂ ਨਾ ਬਟਨ ਗਲਤ ਦੱਬ ਹੋ ਰਿਹਾ, ਕੋਈ ਗੱਲ ਨਹੀਂ, ਤੁਸੀਂ ਟਰਾਈ ਕਰਦੇ ਜਾਓ ਜੀ। ਜਿੰਨਾ ਮੈਨੂੰ ਜਦੋਂ ਤੱਕ ਸਿਸਟਮ ਸਮਝ ਵਿੱਚ ਆਏਗਾ ਉਨੀ ਦੇਰ ਤੱਕ ਪ੍ਰੋਗਰਾਮ ਸਾਡਾ ਜਿਹੜਾ ਉਹ ਆਪਣੀ ਹੋਰ ਅੱਗੇ ਤੁਰ ਪਏਗਾ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਪਰ ਪਤਾ ਮੈਂ ਗੱਲ ਪਹਿਲੀ ਵਾਰ ਸੁਣੀ ਹੈ, ਜਿਹੜੀ ਕੰਘੀ ਵਾਲੀ ਗੱਲ ਹੈ ਨੀ, ਮੈਨੂੰ ਪਤਾ ਸੀਗਾ ਕੰਘੀ ਵਾਲੀ ਵੀ ਆ, ਆਟਾ ਦੀ ਵੀ ਆ, ਔਰ ਕਾਂ ਜਦੋਂ ਉਡਾਉਣੇ ਬੋਲਦਾ ਆ ਕੇ ਕਹਿੰਦਾ ਗੈਸਟ ਆਉਣ ਵਾਲੇ ਆ। ਹਾਂਜੀ ਹਾਂਜੀ ਹਾਂਜੀ, ਬਹੁਤ ਮੰਨਦੇ ਸੀਗੇ। ਅੱਛਾ ਹੁਣ ਨੀ ਉੱਥੇ ਆ ਕੇ ਸਭ ਕੁਝ ਭੁੱਲ ਗਏ, ਹੁਣ ਤੇ ਮੈਂ ਸਭ ਤੋਂ ਪਹਿਲੇ ਜਦੋਂ ਸਾਰੀ ਗੱਲਾਂ ਮੈਨੂੰ ਵੀ ਯਾਦ ਆਇਆ ਕਿ ਚੱਲ ਮੈਂ ਮਿਲਾ ਕੇ ਦੇਖਦੀ ਹਾਂ ਮਿਲ ਜਾਊਗਾ ਨਾ। ਵਾਕਈ ਨੀ, ਮੈਂ ਕਿਹਾ ਜਦੋਂ ਮੈਂ ਸੋਚ ਰਹੀ ਸੀਗੀ ਨਾ ਤੇ ਮੈਨੂੰ ਲੱਗ ਰਿਹਾ ਸੀ, ਮੈਂ ਕਿਹਾ ਹਾਏ ਇੱਥੇ ਜੇ ਮੈਂ ਕਾਂ ਵਾਲੀ ਗੱਲ ਕੀਤੀ ਤੇ ਉਹਨਾਂ ਨੇ ਕਹਿਣਾ ਕਾਂ ਤਾਂ ਇੱਥੇ ਹੈ ਹੀ ਨੀ, ਇੱਥੇ ਤੇ ਟਰਕੀ ਹੈਗੀ ਹੈ ਨਾ। ਅੱਛਾ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ, ਕਹਿੰਦੇ ਵੀ ਜੇ ਕਾਵਾਂ ਨੂੰ ਤੁਸੀਂ ਦਹੀਂ ਪਾਉਣਾ ਸ਼ੁਰੂ ਕਰਦੇ ਹੋ ਨਾ ਤੇ ਕਾਂ ਤੁਹਾਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੱਕ ਤੁਹਾਡੇ ਮਗਰ ਆਉਂਦੇ ਆ, ਇਹ ਵੀ ਗੱਲ ਸੱਚੀ ਹੈ? ਇਹ ਨੀ ਪਤਾ, ਦੇਖਦੇ ਆ ਫਿਰ ਸਾਡੇ ਜਿਹੜੇ ਨੈਕਸਟ ਕਾਲਰ ਆ ਉਹ ਕਿਸ ਗੱਲ ਨੂੰ ਮੰਨਦੇ ਆ, ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਮੰਮੀ ਦੀ ਮਾਮੀ ਸਾਰੇ ਨਾਨਕੇ ਲੋਕਲ ਸੀਗੇ ਕੁਰੂਕਸ਼ੇਤਰ ਵਿੱਚ, ਤੇ ਮਾਮੀ ਦੇ ਘਰ ਜਾਣਾ ਤੇ ਮਾਮੀ ਨੇ ਨਾ ਕਾਵਾਂ ਨੂੰ ਦਹੀਂ ਪਾਉਣਾ ਕੌਲੀਆਂ ਵਿੱਚ ਪਾ ਕੇ, ਤੇ ਅਸੀਂ ਕਹਿਣਾ ਮਾਮੀ ਕਹਿੰਦੇ ਹੁੰਦੇ ਸੀ, ਮੈਂ ਕਹਿਣਾ ਮਾਮੀ ਤੁਸੀਂ ਦਹੀਂ ਕਿਉਂ ਪਾਉਂਦੇ ਹੋ? ਕਹਿੰਦੇ ਵੀ ਕਾਂ ਤੁਹਾਡਾ ਖਿਆਲ ਰੱਖਦੇ ਆ, ਤੁਸੀਂ ਜਿੱਥੇ ਵੀ ਹੋਵੋਗੇ। ਹਾਏ ਫਿਰ ਨਾ ਮੈਂ ਬਹਾਨੇ ਦੇ ਨਾਲ ਨਾ ਘਰ ਦੇ ਉੱਪਰ ਜਾ ਕੇ ਚਪਾ ਰਹੇ ਤੇ ਤੀਜੀ ਮੰਜ਼ਿਲ ਤੇ ਮੈਂ ਕੌਲੀ ਚ ਰੱਖ ਕੇ ਨਾ ਮੈਂ ਦਹੀਂ ਪਾਉਣਾ ਤੇ ਮੈਂ ਕਹਿਣਾ ਕਾਂ ਆਣ ਕੇ ਤੇ ਇੱਥੇ ਅਮਰੀਕਾ ਵਿੱਚ ਆ ਕੇ ਵੀ ਹੁਣ ਕਾਵਾਂ ਨੂੰ ਲੱਭਦੀ ਆ ਕਿ ਮੇਰੇ ਮਗਰ ਨੀ ਆਏ ਹੋ। ਸਤਿ ਸ਼੍ਰੀ ਅਕਾਲ ਜੀ, ਹੈਲੋ, ਹੈਲੋ, ਹਾਂਜੀ ਕੌਣ ਗੱਲ ਕਰ ਰਹੇ ਹੋ? ਹਾਂਜੀ ਸ਼ੈਰੀ ਨਾਲ ਗੱਲ ਕਰਨੀ ਸੀ। ਹਾਂਜੀ ਬੋਲੋ ਜੀ, ਤੁਸੀਂ ਕੌਣ ਬੋਲ ਰਹੇ ਹੋ? ਹਾਂਜੀ ਮੈਂ ਜਸਵਿੰਦਰ ਬੋਲਦੀ ਹਾਂ। ਹਾਂਜੀ ਜਸਵਿੰਦਰ ਜੀ, ਹਾਂਜੀ ਮੈਂ ਨਾ ਤੁਹਾਨੂੰ ਦੱਸਣਾ ਸੀ, ਤੁਸੀਂ ਕੱਲ ਆਪਣੇ ਪ੍ਰੋਗਰਾਮ ਵਿੱਚ ਦੱਸਿਆ ਸੀਗਾ ਕਿ ਪੰਜਾਬ ਵਿੱਚ ਇੱਕ ਜਗ੍ਹਾ ਆ ਜਿੱਥੇ ਉਹਨਾਂ ਨੂੰ ਬਖਸ਼ਿਆ ਉਹ ਪੱਥਰੀ ਕੱਢ ਦਿੰਦੇ ਆ, ਉਹ ਐਕਚੁਅਲੀ ਜਲੰਧਰ ਦੇ ਕੋਲ ਆ, ਦਸੂਹਾ ਪਿੰਡ ਆ। ਅੱਛਾ ਦਸੂਹਾ ਪਿੰਡ ਹੈ? ਹਾਂਜੀ ਹਾਂਜੀ, ਉੱਥੇ ਨੇ ਉਹ, ਤਾਂ ਜਿੱਦਾਂ ਕਾਫੀ ਜਿੱਦਾਂ ਬਜ਼ੁਰਗ ਵਿਅਕਤੀ ਆ ਉਹਨਾਂ ਦੇ ਕੋਲ, ਜਿੱਦਾਂ ਤੁਸੀਂ ਮਤਲਬ ਆਪਣਾ ਚੈੱਕਅਪ ਕਰਵਾ ਕੇ ਜਾਓ ਸਵੇਰ ਨੂੰ, ਉਹ ਸਿਰਫ ਇੱਕ ਦਵਾਈ ਦਿੰਦੇ ਆ, ਤੇ ਸ਼ਾਮ ਨੂੰ ਜਾ ਕੇ ਤੁਸੀਂ ਦੁਬਾਰਾ ਅਲਟਰਾਸਾਊਂਡ ਕਰਾ ਲਓ ਕੁਛ ਵੀ, ਉਹ ਤੁਹਾਡੀ ਪੱਥਰੀ ਨਿਕਲ ਜਾਂਦੀ ਆ। ਉਹ ਸੱਚੀ ਜਸਵਿੰਦਰ? ਫਿਰ ਤਾਂ ਸਾਡੇ ਦਰਸ਼ਕ, ਹਾਂਜੀ ਮੈਨੂੰ ਵੀ ਕਿਸੇ ਨੇ ਦੱਸਿਆ, ਐਕਚੁਅਲੀ ਮੈਨੂੰ ਵੀ ਇਹੀ ਪ੍ਰੋਬਲਮ ਆ, ਮੇਰੇ ਵੀ ਚਿੱਟੇ ਵਿੱਚ ਪੱਥਰੀ ਆ, ਤਾਂ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਉੱਥੇ ਪਲੇਸ ਆ ਦਸੂਹਾ, ਜਲੰਧਰ ਦੇ ਕੋਲ ਆ, ਐਗਜੈਕਟ ਪਤਾ ਮੈਨੂੰ ਵੀ ਨੀ ਵੀ ਕਿਹੜੀ ਜਗ੍ਹਾ ਆ। ਹਾਂਜੀ ਨੀਅਰੈਸਟ, ਤੇ ਤੁਸੀਂ ਜਸਵਿੰਦਰ ਤੁਸੀਂ ਉੱਥੇ ਉਹ ਕਰਦੇ ਨੇ, ਕਿਉਂਕਿ ਜਿੰਨੇ ਗਏ ਨੇ ਉਹਨਾਂ ਨੇ ਮਤਲਬ ਗਰੰਟੀ ਨਾਲ ਕਿਹਾ ਕਿ ਉਹਨਾਂ ਦਾ ਟ੍ਰੀਟਮੈਂਟ ਉੱਥੇ ਹੋਇਆ। ਓ ਅੱਛਾ ਅੱਛਾ, ਪਰ ਥੋੜੀ ਜਿਹੀ ਇਸ ਬਾਰੇ ਹੋਰ ਤਫਤੀਸ਼ ਕਰਨੀ ਪਏਗੀ, ਕਿਉਂਕਿ ਸਾਨੂੰ ਐਗਜੈਕਟਲੀ ਨਹੀਂ ਪਤਾ ਹੈਗਾ। ਜੇ ਕਿਸੇ ਨੂੰ ਪਤਾ ਹੋਏ ਤੇ ਸਾਨੂੰ ਦੱਸ ਸਕਦੇ ਹੋ? ਸਾਡੀ ਜਸਵਿੰਦਰ ਸਾਡੀ ਕਾਲਰ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਜਲੰਧਰ ਦੇ ਕੋਲ ਦਸੂਹਾ ਜਿੱਥੇ ਕਿ ਪੱਥਰੀ ਦਾ ਇਲਾਜ ਕੀਤਾ ਜਾਂਦਾ, ਕੋਈ ਦਵਾਈ ਹੈਗੀ ਹੈ ਉਹ ਖਵਾਉਂਦੇ ਆ, ਤੇ ਸ਼ਾਮੀ ਜੇ ਤੁਸੀਂ ਐਕਸਰੇ ਕਰੋ ਤਾਂ ਨਹੀਂ ਹੁੰਦੀ। ਬਾਕੀ ਜਸਵਿੰਦਰ ਤੁਹਾਡੀ ਗੱਲ ਅੱਜ ਦੇ ਸਾਡੇ ਪ੍ਰੋਗਰਾਮ ਦੇ ਨਾਲ ਜੁੜਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਮਨ ਦੇ ਵਿੱਚ ਇੱਕ ਵਿਸ਼ਵਾਸ ਹੈ, ਉਹ ਵਿਸ਼ਵਾਸ ਹੀ ਸਾਨੂੰ ਕਿੰਨੀਆਂ ਹੀ ਬਿਮਾਰੀਆਂ ਤੋਂ ਬਚਾ ਲੈਂਦਾ ਹੈ, ਜਾਂ ਉਹ ਵਿਸ਼ਵਾਸ ਹੈ ਜਿਹੜਾ ਹੁਣ ਤੱਕ ਵੀ ਸਾਨੂੰ ਸਾਡੇ ਕਲਚਰ ਨਾਲ ਜਿਸਨੇ ਜੋੜ ਕੇ ਰੱਖਿਆ ਹੋਇਆ। ਨਹੀਂ ਤਾਂ ਅਸੀਂ ਤੇ ਅਮਰੀਕਾ ਦੇ ਵਿੱਚ ਆ ਕੇ ਗੋਰਿਆਂ ਕਾਲਿਆਂ ਦੇ ਵਿੱਚ ਬਿਲਕੁਲ ਖਤਮ ਹੋ ਜਾਣਾ ਸੀ, ਔਰ ਪੰਜਾਬੀ ਜ਼ਬਾਨ ਤਾਂ ਕਿਤੇ ਗਵਾਚ ਜਾਣੀ ਸੀਗੀ। ਬਹੁਤ ਬਹੁਤ ਸ਼ੁਕਰੀਆ ਜਸਵਿੰਦਰ, ਥੈਂਕ ਯੂ ਸੋ ਮਚ, ਥੈਂਕ ਯੂ। ਸੋ ਪਿਆਰੇ ਦਰਸ਼ਕੋ, ਰਲੀ ਮਿਲੀ ਗੱਲ ਹੋ ਰਹੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਯਾਦਾਂ ਜਿਹੜੀਆਂ ਨੇ ਕੁਝ ਦਿਮਾਗ ਦੇ ਵਿੱਚ ਆ ਰਹੀਆਂ ਨੇ, ਜਿਨ੍ਹਾਂ ਦੇ ਵਿੱਚ
मैं सोच रही हां कि छोटियां छोटियां जड़ियां गल्ला ने वो जुड़ियां हुई ने छोटे छोटे जड़े वहम भी नहीं वहम परम एक वक्री गल है बिल्ली रस्ता मतलब कट गई ते तुसी कोई काम थोड़ा खराब हो जाता है कईयां दा होया कईयां दा बन गया पर कुछ जड़े छोटे प्यारे जड़े वहम हैगे आ उना दे नाल असी हुन भी जुड़े हुए हैं। सत श्री अकाल जी, कौन गल कर रहे हो? हां जी सत श्री अकाल शैरी दीदी। हां जी कौन बोल रहे हो? दीदी मैं रजविंदर बोल रही हां। हां जी की हाल है रजविंदर, केड़ी जगह तो बोल रहे हो? दीदी न्यूयॉर्क तो हुने हुने तुसाडी सुनदे सी ते सुआ हैगा ही हुशियारपुर दे कोल। ठीक है डिस्ट्रिक्ट हुशियारपुर है। ठीक है हां जी उत्थे मेरी मम्मा ने खादी सी दवाई ते उहनां दी पत्थरी जिहड़ी है पित्ते विच ही निकल गई सी। ओ सच्ची? हां जी। अच्छा जी ते तुहानू पता है भी एकदम केड़ा एड्रेस हैगा किद्दां जा सकदे आ जिन्हां ने पहली बार जाना होए ते? ए दीदी जे जलंधर वाली साइड तो जाना है बेगोवाल पलाथ चुके आंदा है टांडा सुनिया होगा टांडा सुनिया हां जी ठीक है हां जी हां जी ओदे अगे अद्धा घंटा जाके दसुआ हैगा है। ठीक है दसुआ पहुंच के ते फिर किथे जाना हैगा? मैं अपनी मम्मा को पूछ के दसांगी क्योंकि हाँ, इस टाइम अपने सोहरिया के घर विच हैगी आ। ठीक है दसना जरूर और मेनू तुसी ईमेल कर देना जो भी एड्रेस हैगा जिस करके कि मैं अपने दर्शकों के नाल इन्नी महत्वपूर्ण जिहड़ी जानकारी है वो सांझी कर सकां और सारिया नू जिहड़ा उसकी मदद भी मिल सके। प्यारे दर्शको इस दे नाल ही छोटा जिहा ब्रेक मिलदे आ ब्रेक तो बाद। Opening on 19 December. Street Road Plaza, Shopping Center 2610, Street Road, Bensalem, Pennsylvania 19020. Phone number 2675-235-102 अते 2675-235-268. दीदी मैं तो भूल ही गई थी, मम्मी ने तेरे लिए असली घी भेजा है और मैंने स्पेशली पैक किया। अच्छा जल्दी आना। क्या कर रही है? लक्ष्मी, लक्ष्मी। आई आई पहले अपनी आंखें बंद करो। दीदी ऐसा घी सिर्फ मम्मी ही बना सकती है। सब लक्ष्मी माँ की कृपा है। लक्ष्मी घी मेड प्योर मेड फ्रेश मेड हियर। ट्रेडिशनल ज्वेलरी ले विजिट करो अंबा ज्वेलर्स 3713 74th Street जैक्सन हाइट्स न्यूयॉर्क। फोन 7186392300। ओबामा केयर अनुसार 2014 दे शुरू तो अमेरिकन्स ली हेल्थ इंश्योरेंस कराना लाजमी कर दिता गया है। जेकर तुहानू पहलां तो ही कोई हेल्थ इशू है तद भी इंश्योरेंस कंपनी वालों इंश्योरेंस देने लई तुहानू मना नहीं किया जाएगा। पंजाब इंश्योरेंस के सर्टिफाइड एडवाइजर थानू सही अते वधिया प्लान लैण च पूरी मदद करनगे जिस दी कोई फीस नहीं होएगी। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो ओबामा केयर हेल्थ इंश्योरेंस कराने लई पंजाब इंश्योरेंस के नंबर ते हुने कॉल करो। मिराज बैंकेट हॉल एंड रेस्टोरेंट। वेडिंग होवे या बर्थडे पार्टी मिराज है परफेक्ट हर सेलिब्रेशन लई। Miraj Indian Cuisine with proper seating facility. Visitors may private parking facility bhi available hai.
Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahee & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahee & Associates now. प्रकृति जैसी शुद्धता हमारी पहचान MTH मसाले द रियल स्पाइस ऑफ इंडिया। अरे तुमने मेरे हाथ के पकोड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी खांडवी तो मैं बनाती थी स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ। पर ये तो लक्ष्मी है, इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में लक्ष्मी बेसन। मेड प्योर, मेड फ्रेश, मेड हियर। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला, और हर निवाले में हो शक्ति भोग आटा। जब हाथों से खिलानी है दो वक्त की रोटी तो वो जरूर हो शक्ति भोग आटे से बनी, अपने देश का नंबर वन आटा। वेलकम बैक, देखते हैं कौन जुड़े हैं सारे नाल। सत श्री अकाल जी। हाँ जी, हाँ जी, सत श्री अकाल जैरी। हाँ जी, कौन बोल रहे हो? हाँ जी, हाँ जी, मैं इतने कनेडा तो बोल रही हूँ, रसदोर। हाँ जी, की हाल है? हाँ जी, हाँ जी, सब ठीक है, तुम सुनाओ। मैं थानू पूछना चाहती थी, मैं क्या जे फोन नंबर नहीं पर तो जो दिंदा उन्हां दा जिला से ਕਿਹੜਾ ਪਿੰਡ ਹੈ ਉਹਨਾਂ ਦਾ, ਚਲੋ ਇੰਡੀਆ ਜਾਣਾ ਤੇ ਫੇਰ ਮੈਂ ਆਗੇ ਉਹਨਾਂ ਨੂੰ ਉੱਥੇ। ਅੱਛਾ, ਵੈਸੇ ਮੈਂ ਤੁਹਾਨੂੰ ਸਾਰੇ ਨੂੰ ਦੱਸਦੇ ਆ ਕਿ ਪੁਰਸ਼ੋਤਮ ਜੀ ਅਮਰੀਕਾ ਰਹਿੰਦੇ ਆ, ਇੰਡੀਆ ਨਹੀਂ ਰਹਿੰਦੇ। ਇਹ ਅਮਰੀਕਾ ਜੀ ਆ ਜੀ? ਹਾਂਜੀ, ਅਮਰੀਕਾ ਰਹਿੰਦੇ ਆ ਉਹ, ਇੰਡੀਆ ਨਹੀਂ ਰਹਿੰਦੇ। ਨਹੀਂ ਨਹੀਂ, ਇੰਡੀਆ ਜਾਣਾ ਨੀ, ਨਾਲੇ ਕਹਿੰਦੇ ਜਾਣਾ ਜਨਵਰੀ ਨੂੰ। ਪਤਾ ਨੀ, ਕਹਿੰਦੇ ਸੀਗੇ ਪਰ ਹੁਣ ਤੱਕ ਤੇ ਨਹੀਂ ਪਤਾ ਜਾਣਗੇ ਜਾਂ ਨਹੀਂ ਜਾਣਗੇ। ਪਰ ਰਹੀ ਹੈ ਕਿ ਉਹ ਮਤਲਬ ਨਾ ਇਨਸਾਨੀਅਤ ਦੇ ਨਾਤੇ ਇੱਕ ਸੇਵਾ ਦਾ ਭਾਵ ਰੱਖ ਕੇ ਕਹਿੰਦੇ ਆ ਵੀ ਮੈਂ ਕਿਤੇ ਵੀ ਹੋਵਾਂ ਫੋਨ ਕਰ ਦਿੰਦੇ ਆ। ਟੀਵੀ ਤੇ ਉਹ ਨਹੀਂ ਦੇਖਦੇ ਪ੍ਰੋਗਰਾਮ, ਉਹਨਾਂ ਨੂੰ ਨਹੀਂ ਪਤਾ, ਪਰ ਜਿਸ ਤਰ੍ਹਾਂ ਲੋਕਾਂ ਨੇ ਉਹਨਾਂ ਦੇ ਲਈ ਰਿਕੁਐਸਟ ਕੀਤੀ ਹੁੰਦੀ ਹੈ ਵੀ ਉਹਨਾਂ ਤੋਂ ਕੋਈ ਜੜੀ ਬੂਟੀ ਪੁੱਛ ਕੇ ਦੱਸੋ, ਇਸ ਕਰਕੇ ਸ਼ਾਮਿਲ ਹੁੰਦੇ ਆ ਪ੍ਰੋਗਰਾਮ। ਨਾਲੇ ਕਹਿ ਰਹੇ ਹੋ ਪੰਡਤ ਨੇ ਕਦੋਂ ਆਉਣਾ? ਪੰਡਤ ਨੇ ਯਾਨੀ ਕਿ ਚਮੁੰਡਾ ਸਵਾਮੀ ਜੀ ਨੇ। ਹਾਂਜੀ, ਸਵਾਮੀ ਜੀ ਨੇ ਜਿਹੜੇ ਪ੍ਰੋਗਰਾਮ ਕਰਦੇ ਆ। ਹਾਂਜੀ ਹਾਂਜੀ, ਹਾਂ, ਸਵਾਮੀ ਜੀ ਗਏ ਹੋਏ ਆ ਹਲੇ ਬਾਹਰ, ਤੇ ਸਵਾਮੀ ਜੀ ਜਿੱਥੇ ਤੱਕ ਮੇਰੀ ਪੂਰੀ ਕੋਸ਼ਿਸ਼ ਹੈ, ਅਸੀਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਪੂਰੇ ਸਾਲ ਦੀਆਂ ਰਾਸ਼ੀਆਂ ਦਾ ਉਹ ਹਾਲ ਦੱਸਣ। ਤੇ ਮੇਰੇ ਖਿਆਲ ਤੋਂ ਜੇ ਸਾਰਿਆਂ ਦੀ ਦੁਆਵਾਂ ਰਹੀਆਂ ਤੇ 1 ਤਰੀਕ ਨੂੰ ਕੋਸ਼ਿਸ਼ ਕਰਾਂਗੇ ਕਿ ਸਵਾਮੀ ਜੀ ਨੂੰ ਸਟੂਡੀਓ ਸਦੀਏ, ਔਰ ਪੂਰੇ ਸਾਲ ਵਿੱਚ ਜੋ ਰਾਸ਼ੀਆਂ ਦਾ ਹਾਲ ਹੋਏਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਹਾਂਜੀ, ਸਵਾਮੀ ਜੀ ਵੀ ਹਲੇ ਅੱਜ ਕੱਲ ਬਿਜ਼ੀ ਹੈਗੇ ਆ। ਸੋ ਗੱਲਾਂ ਬਾਤਾਂ ਜਿਹੜੀਆਂ ਅੱਜ ਚੱਲ ਰਹੀਆਂ ਉਹ ਇਹ ਹੈਗੀਆਂ ਕਿ ਜਦੋਂ ਪਿੱਛੇ ਨਜ਼ਰ ਪਾ ਕੇ ਦੇਖੀਏ ਤੇ ਇੱਕ ਯਾਦਾਂ ਦੀ ਗਠਰੀ ਅਸੀਂ ਸਾਰੇ ਲੈ ਕੇ ਆਪਣੇ ਨਾਲ ਅਮਰੀਕਾ ਦੇ ਵਿੱਚ ਆਏ ਹੋਏ ਆ, ਕੈਨੇਡਾ ਦੇ ਵਿੱਚ ਵੀ ਆਏ ਹੋਏ ਆ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਹੈਲੋ, ਹਾਂਜੀ, ਅਸੀਂ ਖੈਰੀ ਨਾਲ ਗੱਲ ਕਰਨੀ ਆ। ਮੈਂ ਬੋਲ ਰਹੀ ਹਾਂ ਜੀ, ਤੁਸੀਂ ਕੌਣ ਗੱਲ ਕਰ ਰਹੇ ਹੋ? ਅਸੀਂ ਤੇ ਕੈਲੀਫੋਰਨੀਆ ਤੋਂ ਲੋਡਾਈ ਤੋਂ ਬੋਲਦੇ ਆ। ਅੱਛਾ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈਗਾ ਰਜਵਿੰਦਰ ਕੌਰ। ਅੱਛਾ ਜੀ, ਰਜਵਿੰਦਰ ਜੀ, ਅੱਜ ਕੀ ਗੱਲ ਕਰਨਾ ਚਾਹੁੰਦੇ ਹੋ? ਅਸੀਂ ਉਹ ਕੱਲ ਨਾ ਦੱਸਿਆ
ਵਾਲੀ ਫਟਕੜੀ ਦਾ ਤਾਂ ਭੁੰਨ ਕੇ ਅੱਧਾ ਕਿਲੋ ਘੇ ਦੇ ਵਿੱਚ ਤੇ ਬੇਸਨ ਜਰਵਾ ਕੇ ਤੇ ਉਹ ਬਣਾ ਖਾਣੇ ਆ। ਠੀਕ ਹੈ ਹਾਂਜੀ। ਤੇ ਸੱਟ ਸੁੱਟ ਲੱਗੀ ਹੋਵੇ ਲੱਤਾਂ ਚ ਦਰਦਾਂ ਹੋਣ। ਠੀਕ ਹੈ ਹਾਂਜੀ। ਉਹ ਗਲ ਨੂੰ ਇੱਕ ਸਲੂਣੀ ਆ ਤੇ ਇੱਕ ਗਲ ਨੂੰ ਜਿੱਦਾਂ ਖਾਂਜਲੇ ਖਾਈ ਦੀ ਆ ਤੇ ਗਲ ਘੁੱਟਦਾ ਆ। ਅੱਛਾ ਨਹੀਂ ਇਹ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਖਾਣ ਤੋਂ ਬਾਅਦ ਦੱਸ ਰਹੇ ਹੋ? ਹਾਂ ਦੱਸਦੇ ਹਾਂ ਖਾਣ ਤੋਂ ਅਸੀਂ ਕੱਲ ਸਵੇਰੇ ਬਣਾਈ ਨਾ ਕਰਕੇ ਤੇ ਉਹ ਫਿਰ ਖਾਧੀ ਤੇ ਉਹ ਫਿਰ ਗਲ ਚ ਜਿੱਦਾਂ ਹੋਰ ਤਰ੍ਹਾਂ ਹੋਵੇ ਘੁੱਟ ਗਿਆ ਹੋਵੇ। ਜ਼ਿਆਦਾ ਤੇ ਨਹੀਂ ਪਾ ਲਿੱਤੀ ਸੀ ਫਿਟਕਰੀ ਉਸ ਚ? ਨਹੀਂ 100 ਗ੍ਰਾਮ ਦੱਸੀ ਸੀ ਨਾ। ਅੱਛਾ ਪਰ ਗਲੇ ਚ ਲੱਗ ਰਹੀ ਹੈ ਜਿਸ ਤਰ੍ਹਾਂ? ਉਹ ਜਿੱਦਾਂ ਖਾ ਕੇ ਜਿੱਦਾਂ ਘੁੱਟ ਗਿਆ ਹੋ ਜਾਂਦਾ ਹੁੰਦਾ ਕੋਈ ਚੀਜ਼ ਜਿੱਦਾਂ ਖਾਵੇ ਤਾਂ। ਅੱਛਾ ਮਤਲਬ ਪਤਾ ਨਹੀਂ ਮੈਨੂੰ ਏਦਾਂ ਕਲੂਣੀ ਜਿਹੀ ਵੀ ਆ ਰਹੀ ਹੈ ਕੁਝ ਸਾਫ ਉੱਠ ਰਿਹਾ। ਸੋਰੀ ਮੈਂ ਪੁਰਸ਼ੋਤਮ ਜੀ ਤੋਂ ਪੁੱਛ ਲਵਾਂਗੀ ਜੀ। ਮੈਂ ਤੇ ਇਹੀ ਕਹਿ ਸਕਦੀ ਹਾਂ ਪੁੱਛ ਲਵਾਂਗੀ ਦੱਸਿਓ ਵੀ ਕੀ ਗੱਲ ਆ ਵਿੱਚ ਕੀ ਘਾਟ ਪਏ ਹੈ ਨਾ ਇੰਦਾ। ਹਾਂ ਠੀਕ ਹੈ ਮੈਂ ਪੁੱਛ ਲਵਾਂਗੀ। ਮੇਰੇ ਖਿਆਲ ਤੋਂ ਖੁਸ਼ਕੀ ਹੋ ਰਹੀ ਹੋਣੀ ਹੈ ਜਾਂ ਤਾਂ ਨਾ ਜਾਂ ਇੱਦਾਂ ਹੋ ਗਈ ਵੀ ਖੁਸ਼ਕ ਹੋ ਕੇ ਤਾਂ ਜਿੱਦਾਂ ਨੰਗਾਉਂਦਿਆਂ ਦੇ ਫਸਦੀ ਏਦਾਂ ਘੁੱਟਕਾ ਘੁੱਟ ਗਿਆ ਹੁੰਦਾ ਗਲ। ਠੀਕ ਹੈ ਨਹੀਂ ਮੈਂ ਤੁਸੀਂ ਬੜਾ ਚੰਗਾ ਸਵਾਲ ਪੁੱਛਿਆ ਸਗੋਂ ਪਤਾ ਵੀ ਚੱਲ ਗਿਆ ਕਿ ਤੁਸੀਂ ਬਣਾ ਲਿੱਤੀ ਹੈ ਔਰ ਉਸ ਤੋਂ ਬਾਅਦ ਇਸ ਤਰੀਕੇ ਨਾਲ ਗਲੇ ਨੂੰ ਜਿਹੜਾ ਤੁਹਾਨੂੰ ਮਹਿਸੂਸ ਹੋ ਰਿਹਾ ਮੈਂ ਪੁਰਸ਼ੋਤਮ ਜੀ ਤੋਂ ਪੁੱਛ ਲਵਾਂਗੀ। ਓਕੇ ਜੀ ਥੈਂਕ ਯੂ ਥੈਂਕ ਯੂ। ਅੱਛਾ ਇਹਨਾਂ ਦੀ ਗੱਲ ਤੋਂ ਮੈਨੂੰ ਇਹ ਗੱਲ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਕਈ ਵਾਰੀ ਨਾ ਸੁਪਾਰੀ ਖਾਣ ਤੋਂ ਬਾਅਦ। ਵੈਸੇ ਤਾਂ ਸੁਪਾਰੀ ਕੌਣ ਖਾਂਦਾ ਹੈ? ਮਹਾਰਾਸ਼ਟਰ ਵੱਲ ਜ਼ਿਆਦਾ ਸੁਪਾਰੀ ਖਾਈ ਜਾਂਦੀ ਖਾਣੇ ਤੋਂ ਬਾਅਦ ਜੀ। ਮੋਟੀ ਸੁਪਾਰੀ ਕਲਿੱਕ ਕਰਕੇ ਤੋੜਦੇ ਆ ਤੇ ਉਸਨੂੰ ਖਾਈ ਜਾਂਦੇ ਆ। ਪਤਾ ਨੀ ਕੀ ਸਵਾਦ ਆਉਂਦਾ ਸੁਪਾਰੀ ਤਾਂ ਬਿਲਕੁਲ ਫਿੱਕੀ ਹੁੰਦੀ ਹੈ। ਸਤਿ ਸ੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ? ਹੈਲੋ ਹਾਂਜੀ ਹੈਲੋ ਜੀ ਕੌਣ ਬੋਲ ਰਹੇ ਹੋ ਤੁਸੀਂ? ਹਾਂਜੀ ਮੈਂ ਕਿਰਪਾਲ ਬੋਲਦਾ ਜੀ ਕੈਨੇਡਾ ਤੋਂ। ਹਾਂਜੀ ਕੀ ਹਾਲ ਹੈ ਜੀ? ਬਸ ਠੀਕ ਆ ਜੀ ਠੀਕ ਆ। ਉਹ ਕਿਸੇ ਨੇ ਪੁੱਛਿਆ ਸੀਗਾ ਜੀ ਪੱਥਰੀ ਬਾਰੇ, ਕਿਸੇ ਨੂੰ ਪੱਥਰੀ ਪ੍ਰੋਬਲਮ ਆ ਤਾਂ ਸਾਡੇ ਜਿੱਥੇ ਮੈਂ ਰਹਿਣਾ ਸਾਡੇ ਦਸੂਹੇ ਲਾਗੇ ਆ ਉੱਥੇ ਇਹਨਾਂ ਨੂੰ ਫ੍ਰੀ ਦਿੰਦੇ ਦੁਆਰਾ ਵਾ ਸਾਰਿਆਂ ਨੂੰ। ਅੱਛਾ ਅੱਛਾ ਜੀ ਅੱਜ ਅਸੀਂ ਦਸੂਹਾ ਮਸ਼ਹੂਰ ਕਰ ਦੇਣਾ ਬਿਲਕੁਲ। ਅੱਜ ਦੇਖ ਲੋ ਕਦੀ ਨੀ ਗੱਲ ਨਿਕਲੀ, ਕਿਸੇ ਨੇ ਨੀ ਕਦੀ ਕਿਹਾ ਔਰ ਅੱਜ ਸਾਰੇ ਇਸ ਗੱਲ ਨੂੰ ਕਹਿ ਰਹੇ ਹੈਗੇ ਆ। ਹਾਂਜੀ ਹਾਂਜੀ ਤੁਸੀਂ ਜਾਓਗੇ ਜਦੋਂ ਦਸੂਹੇ ਤੇ ਆਪਣੇ ਲੱਗਣਾ ਰੋਡ ਤੇ ਡੀ ਏ ਵੀ ਕਾਲਜ ਦੇ ਨਾਲ ਹੀ ਹੈ, ਕਿਸੇ ਨੂੰ ਵੀ ਉੱਥੇ ਪੁੱਛ ਲਓ, ਸਾਰੇ ਜਾਣਦੇ ਉਹਨਾਂ ਨੂੰ। ਕਿਸੇ ਨੂੰ ਰਿਕਸ਼ਾ ਵਾਲੇ ਪੁੱਛ ਲਓ ਵੀ ਉਹਨਾਂ ਤੇ ਜਾਣਾ, ਤੁਹਾਨੂੰ ਉਹਨਾਂ ਦੇ ਘਰ ਲੈ ਜਾਣਗੇ। ਮਤਲਬ ਕਿ ਬਜ਼ੁਰਗੀ ਆ ਫ੍ਰੀ ਦਵਾ ਦਿੰਦੇ ਆ ਸਾਰਿਆਂ ਨੂੰ। ਬਹੁਤ ਲੋਕੀ ਆਉਂਦੇ ਉੱਥੇ, ਆਪਾਂ ਨੂੰ ਸਕੈਨ ਕਰਕੇ ਜਾਣਾ ਪੈਣਾ, ਸਕੈਨ ਲੈ ਜਾਣਾ ਆਪਣੇ ਨਾਲ। ਅੱਛਾ ਅੱਛਾ ਸਕੈਨ ਮਤਲਬ ਪੱਥਰੀ ਦਿਖਾਣੀ ਪਏਗੀ ਉਹਨਾਂ ਨੂੰ ਐਕਸਰੇ? ਅਮਰੀਕਾ ਤੋਂ ਚਲੋ ਜੀ ਚਲੋ ਦਸੂਏ ਚੱਲੀਏ ਔਰ ਉੱਥੇ ਜਾ ਕੇ ਸਕੈਨ ਕੀਤਾ ਨੀ ਹੋਇਆ, ਪੱਥਰੀ ਦੀ ਸ਼ਿਕਾਇਤ ਹੈ ਜੀ। ਆਪਣਾ ਐਕਸਰੇ ਅਮਰੀਕਾ ਛੱਡ ਕੇ ਆਏ ਆ, ਬਹੁਤ ਚੰਗਾ ਕੀਤਾ ਤੁਸੀਂ, ਥੈਂਕ ਯੂ ਸੋ ਮਚ। ਸੋਰੀ ਲਾਈਵ ਪ੍ਰੋਗਰਾਮ ਦੇ ਨਾ ਕੋਈ ਗੱਲ ਕਿਤੇ ਨਾ ਕਿਤੇ ਤਾਰ ਜੁੜ ਜਾਂਦੀ ਹੈ ਤੇ ਫਿਰ ਹਸੀ ਆ ਜਾਂਦੀ ਹੈ। ਪਰ ਵਾਕਈ ਮੈਨੂੰ ਪਤਾ ਹੈ ਕਿ ਇੱਕ ਦੂਜੇ ਦੀ ਮਦਦ ਕਰਨਾ ਔਰ ਇੰਡੀਆ ਜਿਹੜੀ ਧਰਤੀ ਹੈਗੀ ਆ ਨਾ ਉਸਨੂੰ ਬਖਸ਼ ਹੈ। ਜੇ ਅਸੀਂ ਕੋਈ ਵੀ ਕੁਰਬਾਨੀ ਦੀ ਗੱਲ ਕਰੀਏ, ਜੇ ਅਸੀਂ ਕੋਈ ਵੀ ਰਸਮੋ ਰਿਵਾਜ ਦੀ ਗੱਲ ਕਰੀਏ, ਜੇ ਅਸੀਂ ਰਿਸ਼ਤਿਆਂ ਨੂੰ ਨਿਭਾਉਣ ਦੀ ਗੱਲ ਕਰੀਏ ਤੇ ਭਾਰਤ ਦੀ ਧਰਤੀ ਨੂੰ ਇੱਕ ਇਹੋ ਜਿਹੀ ਬਖਸ਼ ਹੈ ਕਿ ਤੁਸੀਂ ਉਸ ਤੋਂ ਮਤਲਬ ਬੱਚੇ ਬਗੈਰ ਰਹਿ ਨਹੀਂ ਸਕਦੇ। ਦੁਆਵਾਂ ਦੇ ਸਿਰ ਤੇ ਰਿਸ਼ਤੇ ਚੱਲਦੇ ਆ, ਦੁਆਵਾਂ ਦੇ ਸਦਕੇ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ। ਮਤਲਬ ਘਰੋਂ ਬਾਹਰ ਨਿਕਲੇ ਤੁਸੀਂ ਜਿਹੜੇ ਅਮਰੀਕਾ ਦੇ ਵਿੱਚ ਡਰਾਈਵ ਕਰਦੇ ਆ ਉਹ ਇੰਡੀਆ ਵਿੱਚ ਜਾ ਕੇ, ਮੈਨੂੰ ਪਤਾ ਹੈ ਕਿ ਸਾਡੀ ਗੋਰੀ ਫਰੈਂਡ ਜਿਹੜੀ ਆ ਆਈ ਟੀਚਰ ਸੀਗੀ, ਉਹ ਇੰਡੀਆ ਆ ਕੇ ਤੇ ਅਸੀਂ ਗੱਡੀ ਡਰਾਈਵ ਕਰ ਰਹੇ ਸੀ, ਸਾਡੇ ਨਾਲ ਘੁੰਮ ਰਹੀ ਸੀ, ਕਹਿੰਦੀ ਮੈਂ ਮੰਨ ਗਈ। ਮੈਂ ਕਿਹਾ ਕੀ ਮਤਲਬ? ਅੰਗਰੇਜ਼ੀ ਚ ਕਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ। ਮੈਂ ਕਿਹਾ ਕੀ ਮੰਨ ਗਈ ਤੂੰ? ਕਹਿੰਦੀ ਮੈਂ ਮੰਨ ਗਈ ਕਿ ਭਗਵਾਨ ਹੈ। ਮੈਂ ਕਿਹਾ ਉਹ ਤਾਂ ਸਾਰੇ ਮੰਨਦੇ ਆ ਅਸੀਂ ਭਗਵਾਨ ਹੈ। ਕਹਿੰਦੀ ਨਹੀਂ ਮੈਂ ਇਸ ਕਰਕੇ ਮੰਨ ਗਈ ਕਿ ਜਿਸ ਤਰੀਕੇ ਨਾਲ ਗੱਡੀਆਂ ਚੱਲ ਰਹੀਆਂ, ਗਾਵਾਂ ਆ ਰਹੀਆਂ, ਵਿੱਚ ਮੱਝਾਂ ਆ ਰਹੀਆਂ, ਲੋਕੀ ਤੁਰੇ ਜਾ ਰਹੇ ਆ, ਬਚ ਕਿਵੇਂ ਰਹੇ ਆ? ਕਹਿੰਦੀ ਮੈਂ ਹੁਣ ਮੰਨੀ ਆ ਕਿ ਰੱਬ ਹੈ। ਮੈਂ ਕਿਹਾ ਵਾਕਈ ਇੰਡੀਆ ਦਾ ਟ੍ਰੈਫਿਕ ਦੇਖ ਕੇ ਜੇ ਇਸ ਨੂੰ ਰੱਬ ਚੇਤੇ ਆ ਗਿਆ ਫਿਰ ਤਾਂ ਜੋ ਕੁਝ ਇੰਡੀਆ ਦੇ ਵਿੱਚ ਹੋ ਰਿਹਾ, ਜਿਸ ਤਰੀਕੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਾਂ ਉੱਥੇ ਰਹਿ ਕੇ ਹੁਣ ਤੱਕ ਵੀ, ਜੇ ਕਿਸੇ
गरीब नू देख लवो ते ओ होर गरीब होई जा रहा है, अमीर नू देख लो ते होर अमीर होई जा रहा है। पर जदों असी अमरीका आके इन्हां गल्लां तो दूर अपनी जिंदगी बसर करदे आं, उस दे विच कुछ चंगियां चंगियां चीजां, कुछ चंगियां चंगियां यादां सजाउने आं, फिर एक बारी किते ना किते मन दे विच आंदा है जदों मुड़ के वेखदे आं, जदों कोई बीमार होवे उसनू चेते आंदा है। मैं अजकल दी जिहड़ी इत्थे दी जंपल है उन्हां दी गल नहीं कर रही हां, मैं उन्हां दी गल कर रही हां जेड़े कि इंडिया तो बुजुर्ग आए और उन्होंने दिल दे विच कुछ गल्लां हुण तक भी चल रही ने। सत श्री अकाल जी, कौन गल कर रहे हो? हां जी हां जी बेटा जी, मैं परशोत्तम सिंह बोल रहा हूं। ओ अंकल जी, आज किदा, मतलब आज ता सूरज कितों निकल गया, तुसी आज किदा शामिल हो गए साडे प्रोग्राम दे विच? थैंक यू तुहाडा। नहीं मैं तो सदा ही शामिल हुंदा है, मैं जदों तो तुसी कहा मैं गेट पंजाबी लो। हां जी ठीक है जवाब दे रहे हो। हां मेरा गल चो फरकड़ी नहीं फस सकती, उन्होंने बनाने का तरीका गलत होगा, मैं अगले बुधवार च दसांगा। दूसरा तुहानू घर बैठिया नू ही पत्री निकलन दा भी जवाब दियांगा, क्योंकि संगतां नू एडी दूर दुकोए ना जाना पे इंडिया का, 1200 डॉलर खर्च करेंगे। अगले बुधवार नू तुसी पत्थरी दा और एक भैन जी ने पुछया मिर्गी दा, उन्हां दे बेटे नू 18 साल दा, उन्हें तीन नुक्ते दस्सदे। ठीक है, बहुत मेहरबानी, थैंक यू। थैंक यू सो मच, मजा आ गया जी। पुरशोत्तम अंकल थैंक यू सो मच, तुसी गेट पंजाबी टीवी हुण देख रहे हो, क्योंकि मैं प्रोग्राम ते कहा कि तुसी कितों भी हुंदे हो ते नहीं, पर हाँ तुसी दस सकदे हो, गाइड कर सकदे हो, अपनी ब्लेसिंग्स दे सकदे हो। प्यारे दर्शको, प्रोग्राम दा अखीरला ब्रेक किते ना जाओ, मिलदे हां ब्रेक तो बाद। Schneider Law Group, तजर्बेकार वकीला दी टीम जिन्हां नूं महारत हासिल है इमीग्रेशन इंक्लूडिंग असाइलम, डिपोर्टेशन डिफेंस, फैमिली एम्प्लॉयमेंट एंड इन्वेस्टमेंट बेस्ड इमीग्रेशन। एथे हर तरह दे क्रिमिनल केसेस जिवें वायलेशन, टैक्सी लिमोजिन कमीशन दे मामले, रेजिडेंशियल अते कमर्शियल क्लोजिंग, डाइवोर्स केसेस, विल अते ट्रस्ट रिलेटेड केसेस भी सॉल्व कीते जांदे ने। क्लाइंट्स दी सुविधा लई साडियां ब्रांचेस हर मेजर ट्रेन लाइन्स दे नजदीक हन। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ, ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-824-7227 ਅਤੇ 917-728-0049। टैक्स प्रॉब्लम? नो प्रॉब्लम, कॉम्प्यूटेक्स आईएनसी आओ ते अपने टैक्सां दा मसला सुलझाओ। कॉम्प्यूटेक्स आईएनसी बिजनेस अते पर्सनल इनकम टैक्स, असी पेरोल एंड सर्टिफाइड पेरोल टैक्सेस, एमटीए टैक्सेस, वर्कर्स कंपनसेशन, बुककीपिंग आदि भी करदे हां। कॉम्प्यूटेक्स आईएनसी हर वेले तुहाडी सेवा दे विच हाजिर है, 20 सालां दा तजर्बा। वी कवर ऑल 50 states, असी पंजाबी, उर्दू अते होर भी भाषा बोलदे हां। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555, 718-426-5695।
Preet Furniture of Punjab Nawaz Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. Te apni pasanda furniture kharido. Balinder Singh ji nu aaj hi call karo 718-849-4530 or 917-774-8566. Preet Furniture. Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. Coming soon, Apna Bazaar Cash and Carry, Street Road Plaza, Shopping Center 2610, Street Road, Bensalem, Pennsylvania 19020. Phone number 2675-235-102 ate 2675-235-268. Maza, hey, you cool and juicy, hun, drop fresh, you see, Maza. ਨਾਲ ਜਵੈਲਰ ਦੇ ਗਹਿਣੇ ਵਾਹ ਭਾਈ ਵਾਹ ਕੀ ਕਹਿਣੇ ਗਹਿਣਿਆਂ ਨਾਲ ਭਰ ਲੈ ਜਾਓ ਘਰ ਵਾਲੀ ਨੂੰ ਹੂਰ ਬਣਾਓ ਕੁਨਾਲ ਜਵੈਲਰ ਤੇ ਆਓ ਗਹਿਣਿਆਂ ਨਾਲ ਸੱਜ ਤੱਜ ਕੇ ਬਾਗੋ ਬਾਗ ਹੋ ਜਾਓ ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ ਚੇਨ ਕੁਇਨਸ ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ ਤੁਸੀਂ ਆਪਣੀ ਰਾਸ਼ੀ ਦੇ ਬਰ ਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜਵੈਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200 ਯਾਦ ਰੱਖੋ ਕੁਨਾਲ ਜਵੈਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ ਮਿਰਾਜ ਬੈਂਕਟ ਹਾਲ ਐਂਡ ਰੈਸਟੋਰੈਂਟ वेडिंग होवे या बर्थडे पार्टी मिराज है परफेक्ट हर सेलिब्रेशन ले मिराज इंडियन क्यूजिन विद प्रॉपर सिटिंग फैसिलिटी विजिटर्स ले प्राइवेट पार्किंग फैसिलिटी भी अवेलेबल है ਪ੍ਰੋਗਰਾਮ ਜਿਹੜਾ ਕਿਉਂਕਿ ਸਟੂਡੀਓ ਤੇ ਨਹੀਂ ਹੋ ਰਿਹਾ ਦੇਖੋ ਇਹਨਾਂ ਨੇ ਨਾ ਨਮਕੀਨ ਸਰਵ ਕੀਤੀ ਔਰ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਦੇ ਜਿਹੜਾ ਸਟਾਈਲ ਹੈਗਾ ਅੱਜ ਕੱਲ ਸਾਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਕਿਸ ਤਰੀਕੇ ਨਾਲ ਸਰਵ ਕਰੀਏ ਮੇਰੇ ਖਿਆਲ ਤੋਂ ਆਈਸਕ੍ਰੀਮ ਦੇ ਕੱਪ ਲੱਗ ਰਹੇ ਆ ਜਾਂ ਸਰਵਿੰਗ ਦੀ ਡਿਸ਼ਿਸ ਲੱਗ ਰਹੀਆਂ ਪਰ ਬਹੁਤ ਖੂਬਸੂਰਤ ਹੈਗੇ ਜੀ ਕਹਿੰਦੇ ਆ ਜੀ ਚਾਹ ਪੀਓ ਨਾਲ ਨਾਲ ਤੇ ਆਪਣੇ ਪ੍ਰੋਗਰਾਮ ਦੇ ਨਾਲ ਆਪਣੇ ਦਰਸ਼ਕਾਂ ਨਾਲ ਕਰੋ ਗੱਲਾਂ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਹਾਂਜੀ ਸੋ ਰਲੀਆਂ ਮਿਲੀਆਂ ਗੱਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਮੈਂ ਚਾਹੁੰਦੀ ਸੀ ਕਿ ਤੁਸੀਂ ਆਪਣੇ ਹੋਰ ਤਜੁਰਬੇ ਜਿਹੜੇ ਆ ਆਪਣੇ ਹੋਰ ਮਨ ਦੀਆਂ ਗੱਲਾਂ ਸ਼ੇਅਰ ਕਰੋ ਪਰ ਕੋਈ ਗੱਲ ਨਹੀਂ ਜੇ ਜ਼ਿੰਦਗੀ ਜਦੋਂ ਤੱਕ ਚੱਲਦੀ ਰਹੇਗੀ ਇਹ ਗੱਲਾਂ ਨਾਲ ਨਾਲ ਚੱਲਦੀਆਂ ਰਹਿਣੀਆਂ ਕਦੀ ਕਿਸੇ ਨੇ ਇਹਨਾਂ ਨੂੰ ਮੰਨਣਾ ਹੈ ਕਦੀ ਕਿਸੇ ਨੇ ਇਹਨਾਂ ਨੂੰ ਨਹੀਂ ਮੰਨਣਾ ਹੈਗਾ ਪਰ ਜੋ ਮੰਨਦੇ ਆ ਉਹ ਵਾਕਈ ਮੰਨਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਹੈਲੋ ਹਾਂਜੀ ਟੀਵੀ ਦੀ ਆਵਾਜ਼ ਹੌਲੀ ਕਰ ਦਿਓ ਕੌਣ ਗੱਲ ਕਰ ਰਹੇ ਤੁਸੀਂ ਮੈਨੂੰ ਫੋਨ ਕੱਟਣਾ ਪਏਗਾ ਪਲੀਜ਼ ਸੌਰੀ ਟੀਵੀ ਦੀ ਆਵਾਜ਼ ਜਿਹੜੀ ਆ ਨਾ ਉਹ ਜ਼ਿਆਦਾ ਸੀਗੀ ਵੈਸੇ ਕੀ ਖਿਆਲ ਹੈ ਤੁਹਾਡਾ ਜਿੱਥੇ ਕਾਂ ਨਹੀਂ ਬੋਲਦੇ ਕਿ ਉੱਥੇ ਕੋਈ ਪ੍ਰਾਹੁਣੇ ਨਹੀਂ ਆਉਂਦੇ
सोचन वाली गल है वैसे। सत श्री अकाल जी, कौन गल कर रहे हो? मुबारक हां जी, अज अज जिस बारे मैं गल कर रही हां उस दे विच तुसी सहमत हो? हां जी हां जी जरूर, मैं अच्छा, बहुत सहमत चीजा मानती हां बेटा। अच्छा, पर इथे आके कहंदे इथे थोड़ी इथे लोकी मानदे नहीं, इथे कहंदे आ तां वहम हैगे एवें गल्लां बणाईयां अपने कोलो। मैं कुछ गल्लां काफी सच आ, जिस तरह के तुसी फुलका किया फुलदा आ। अच्छा, फुलके दे हो गए काफी वोट्स पाई आ ते मैं अपने बेटे नु पुछूंगी बेटा भुख लगी आ तैनू, रोटी फुल गई आ? अच्छा, जिस तरह घर किसी मेहमान ने आना हो करके भी कुछ सिग्नल आने शुरू हो जाते, कुछ होया जरूर है बेटा? सही गल है, सही गल है, पता लग जाता है थोड़ा जा अपने। पहली गल तो दिल च ही कुछ हो जाता भी अज खुशी जी है, पता नहीं की गल है, जाके किचन च मैं काम कर रही हूँ, वैसे मैं किचन का काम बहुत पसंद है। हाँ जी ठीक है, थैंक यू सो मच। मैं इमेजिन कर सकती हूँ कि जदों एक भैन व्याई गई और उसनों उड़ीक हैगी है अपने भरा दी, और जेकर फुलका फुल रहा है, जेकर कां भी बोल रहे हैं, ते किन्ना मन नू तसल्ली हुंदी होएगी कि मेरे अपने ने जां पेके परिवार तो किसी ने आना है। सत श्री अकाल जी। हां जी, कौन गल कर रहे हो? सत श्री अकाल जी। सत श्री अकाल जी, कौन बोल रहे हो? ਅਸੀਂ ਮੈਰੀਲੈਂਡ ਤੋਂ ਬੋਲ ਰਹੇ ਹਾਂ ਤੇ ਉਹ ਤੁਸੀਂ ਕਹਿੰਦੇ ਸੀ ਉਹ ਪਰਸ਼ੋਤਮ ਜੀ ਮੈਰੀਲੈਂਡ ਰਹਿੰਦੇ ਆ, ਤੇ ਇਹਨਾਂ ਪੁੱਛਿਓ ਕਿੱਥੇ ਕਰਿੰਦੇ ਆ? ਹਾਏ ਵੀ ਰੱਬਾ, ਮੈਂ ਤੇ ਨੀ ਕਿਹਾ ਪੁਰਸ਼ੋਤਮ ਜੀ ਕਿੱਥੇ ਰਹਿੰਦੇ ਆ, ਮੈਨੂੰ ਇਹ ਪਤਾ ਹੈ ਕਿ ਉਹ ਅਮਰੀਕਾ ਰਹਿੰਦੇ ਆ, ਪਰ ਕਿੱਥੇ ਰਹਿੰਦੇ ਆ ਇਹ ਐਗਜੈਕਟਲੀ ਨਹੀਂ ਪਤਾ। ਮੈਂ ਐਵੇਂ ਕਹਿ ਦਿਆਂ, ਮੈਂ ਨੰਬਰ ਵੰਡਿਆ, ਮੈਂ ਉਹਨਾਂ ਦਾ ਐਡਰੈਸ ਦੇ ਦਿਆਂ, ਨਹੀਂ ਬਿਲਕੁਲ ਵੀ ਨਹੀਂ। ਪ੍ਰੋਗਰਾਮ ਜਿਹੜਾ ਹੈਗਾ ਤਕਰੀਬਨ ਆਪਣੀ ਸਮਾਪਤੀ ਦੇ ਵੱਲ ਹੈਗਾ। ਗੱਲਾਂ ਕੀ ਕਰੀਏ, ਗੱਲਾਂ ਜਿਹੜੀਆਂ ਆ ਉਹ ਗੱਲਾਂ, ਮਤਲਬ ਜਿਸ ਤਰ੍ਹਾਂ ਵੀ ਸਾਡੀ ਜ਼ਿੰਦਗੀ ਚੱਲਦੀ ਜਾਂਦੀ ਹੈ, ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਅਸੀਂ ਉਹਨਾਂ ਗੱਲਾਂ ਦੇ ਵਿੱਚ ਜੁੜੇ ਹੁੰਦੇ ਹਾਂ। ਸੋ ਉਹਨਾਂ ਨੂੰ ਅੱਜ ਵੀ ਕਈ, ਜੋ ਮੇਰੇ ਖਿਆਲ ਤੋਂ ਅੱਜ ਦੇ ਯੁੱਗ ਦੇ ਵਿੱਚ ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣ ਦੀ ਬਹੁਤ ਜ਼ਰੂਰਤ ਹੈ। ਇਹ ਗੱਲਾਂ ਇੱਕ ਬਹਾਨਾ ਵੀ ਬਣ ਸਕਦੀਆਂ ਹੈ, ਇਹ ਗੱਲਾਂ ਇੱਕ ਦੂਜੇ ਨੂੰ ਜੋੜਨ ਦਾ ਜ਼ਰੀਆ ਵੀ ਬਣ ਸਕਦੀਆਂ ਹੈ। ਭਾਵੇਂ ਗੱਲ ਕਾਂ ਦੇ ਬੋਲਣ ਦੀ ਹੈ, ਭਾਵੇਂ ਗੱਲ ਰੋਟੀ ਦੇ ਫੁੱਲਣ ਦੀ ਹੈ, ਭਾਵੇਂ ਗੱਲ ਰੋਟੀ ਦੇ ਡਿੱਗਣ ਦੀ ਹੈ, ਦੁੱਧ ਦੇ ਉਬਲਣ ਦੀ ਹੈ, ਕਿਤੇ ਨਾ ਕਿਤੇ ਆ ਕੇ ਸਾਡੇ ਜਿਹੜੇ ਰਸਮੋ ਰਿਵਾਜ ਨੇ ਉਹ ਸਾਨੂੰ ਇੱਕ ਤਾਂ ਇਹ ਜਤਾਉਂਦੇ ਨੇ ਕਿ ਅਸੀਂ ਜਿਸ ਮੁਲਕ ਤੋਂ ਆਏ ਹੈਗੇ ਹਾਂ ਉੱਥੇ ਬਹੁਤ ਪਿਆਰ, ਬਹੁਤ ਭਾਈਚਾਰਾ ਹੈ, ਔਰ ਉਸਨੂੰ ਇੱਥੇ ਆ ਕੇ ਵੀ ਜਾਂ ਕਿਤੇ ਜਾ ਕੇ ਵੀ ਨਹੀਂ ਭੁੱਲਣਾ ਚਾਹੀਦਾ। ਔਰ ਨਾਲ ਹੀ ਨਾਲ ਅਸੀਂ ਕੁਛ ਉਸਦੇ ਵਿੱਚ ਮਜ਼ਾਕ ਵੀ ਹੁੰਦਾ ਹੈ, ਕੁਛ ਉਸਦੇ ਵਿੱਚ ਆਪਣਾਪਨ ਵੀ ਹੁੰਦਾ ਹੈ। ਸੋ ਇਹਨਾਂ ਗੱਲਾਂ ਨੂੰ ਤਾਂ ਚਲੋ ਜ਼ਿੰਦਗੀ ਦੇ ਨਾਲ ਆਪਾਂ ਚੱਲਦੇ ਹੀ ਰਵਾਂਗੇ, ਚਲਾਉਣਾ ਵੀ ਚਾਹੀਦਾ ਹੈਗਾ। ਪਰ ਜਦੋਂ ਗੱਲ ਆਉਂਦੀ ਹੈ ਕਿ ਤੁਸੀਂ ਕਿੰਨੇ ਕੁ ਆਪਣੇ ਰਿਸ਼ਤਿਆਂ ਦੇ ਵਿੱਚ ਇਮਾਨਦਾਰ ਹੋ, ਕਿੰਨੇ ਕੁ ਤੁਸੀਂ ਸੱਚੇ ਹੋ, ਤੇ ਫਿਰ ਕੋਈ ਵੀ ਦੁਨੀਆਂ ਦਾ ਰਿਸ਼ਤਾ ਹੋਵੇ, ਕਿਤੇ ਵੀ ਬੈਠ ਕੇ, ਕਿੰਨੀ ਵੀ ਦੂਰ ਰਹਿ ਕੇ ਤੁਸੀਂ ਉਸ ਰਿਸ਼ਤੇ ਨੂੰ ਨਿਭਾ ਸਕਦੇ ਹੋ। ਸੋ ਇਮਾਨਦਾਰੀ ਔਰ ਸੱਚਾਈ ਇਹ ਮਿਲਦਾ ਹੈ ਸਿੱਖਿਆ ਅਸੀਂ ਅੱਜ ਆਪਣਾ ਬਾਜ਼ਾਰ ਦੇ ਓਨਰ ਜਸਵਿੰਦਰ ਚੌਲ ਜੀ ਤੋਂ। ਪਿਆਰੇ ਦਰਸ਼ਕੋ, ਇਸ ਦੇ ਨਾਲ ਅੱਜ ਦੇ ਲਈ ਇੰਨਾ ਹੀ ਦਿਓ ਇਜਾਜ਼ਤ, ਕੱਲ ਮਿਲਾਂਗੀ, ਵਾਅਦਾ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਆਪਣੀ ਬੋਲੀ, ਆਪਣੀ ਪਹਿਚਾਣ, ਪੰਜਾਬੀ ਹਰ ਮਹਿਫਿਲ ਦੀ ਜਾਨ।